ਡਾਕਟਰ ਵਰੀਆਮ ਸੰਧੂ ਦੀ ਕਹਾਣੀ ਸੁਨਹਿਰੀ ਕਿਣਕਾ ਪੱਟੀ ਬੁੱਕਲ ਚ ਰੁੱਖ ਛਾਂਗਣ ਵਾਲਾ ਪੁਰਾਣਾ ਖੁੰਡਾ ਦਾਤਰ ਲਈ ਉਹ ਰੋਜ਼ ਕਿਸੇ ਨਾ ਕਿਸੇ ਹਮਦਰ ਦੇ ਜਾਂ ਸਵਾਲ ਪਉਂਦਾ ਕਿ ਉਹ ਦੇ ਹੱਥੋਂ ਦਾਤਰ ਲੈ ਕੇ ਉਹਦੀ ਧੌਣ ਤੇ ਮਾਰੇ ਤੇ ਕੋਈ ਟੱਪ ਨਾਲ ਉਹਨੂੰ ਪਾਰ ਬੁਲਾਵੇ ਅਗਲਾ ਹੱਸ ਕੇ ਗੱਲ ਟਾਲ ਦਿੰਦਾ ਫੌਜਿਆ ਇਹ ਜਰਮ ਮੌਲਕ ਹੀਰਾ ਸਬਬ ਨਾਲ ਹੱਥ ਲੱਗਿਆ ਕਮਲਿਆ ਰੱਬ ਤੇਰੀਆਂ ਲੰਮੀਆਂ ਉਮਰਾਂ ਕਰੇ ਤੇ ਉੰਜ ਵੀ ਐਸ ਦਾਤ ਨਾਲ ਤਾਂ ਤੈਨੂੰ ਕੋਈ ساری ਉਮਰ ਵੱਢ ਦਾ ਰੋਖ ਆ ਭਾਵੇਂ ਤੇਰੀ ਧੌਣ ਨੂੰ ਕੋਈ ਖਤਰਾ ਏ ਥੋੜਾ ਤੇ ਫੌਜੂ ਜਿਹਨੇ ਚਾਦਰ ਲਾ ਕੇ ਧਰਤੀ ਤੇ ਰੱਖੀ ਹੁੰਦੀ ਸੀ ਗਲਮੇ ਦੇ ਬਟਨ ਖੋਲੇ ਹੁੰਦੇ ਸਨ ਸੱਪ ਵਾਂਗ ਧੌਣ ਸਿੱਧੀ ਕੀਤੀ ਹੁੰਦੀ ਸੀ ਕਿ ਟੱਪ ਵੱਜਦਿਆਂ ਪੈਂਦੀ ਸੱਟੇ ਉਹਦੀ ਧੌਣ ਧੜ ਨਾਲੋਂ ਅੱਗ ਹੋ ਜਾਏ ਤੇ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਪੇਸ਼ ਨਾ ਆਏ ਅਗਲੇ ਦੀਆਂ ਅੱਖਾਂ 'ਚ ਅਦਾ ਤਰਲੇ ਨਾਲ ਤੇ ਅਦਾ ਗੁੱਸੇ ਨਾਲ ਵੇਖਦਾ ਤੂੰ ਹੀ ਮਾਰ ਮਲਕ ਹੀਰੇ ਦੀ ਤੂੰ ਵੀ ਨੇਕੀ ਦਾ ਕੰਮ ਕਰ ਲਾ ਖਾਂ ਫਿਰ ਤੂੰ ਪੁੱਛ ਨੇਕੀ ਦਾ ਕਿਉਂ ਤੂੰ ਦੱਸ ਮੇਰਾ ਜਿਉਣ ਦਾ ਕੋਈ ਹੱਜ ਆ ਆਪੇ ਤੁਸੀਂ ਸਾਰਾ ਮੁਲਕ ਖਾਂਦੇ ਜੇ ਇਹਦੇ ਨਾਲੋਂ ਤਾਂ ਮਰ ਜੇ ਤਾਂ ਚੰਗਾ ਹੈ ਤੇ ਫਿਰ ਮਾਰਦੀ ਵੀ ਨਹੀਂ ਵੇਖ ਲਾ ਤੂੰ ਇਸ ਜੱਗ 'ਚ ਮੇਰੇ ਕੰਮ ਆਏਗਾ ਸੋਹਣਿਆ ਮੈਂ ਅਗਲੇ 'ਚ ਤੇਰੇ ਕੁਝ ਤੇਰਾ ਕੁਝ ਸਵਾਰ ਦੂੰ ਬੰਦੇ ਨੂੰ ਬੰਦੇ ਗੋਚਰੀ ਸੌ ਲੋਡ ਰਹਿੰਦੀ ਹੈ ਗਲੀ ਦਾ ਕੱਖ ਵੀ ਬਾਜੇ ਲੈ ਕੰਮ ਆ ਜਾਂਦਾ ਤੂੰ ਪੁੱਛ ਕੇ ਇੰਜ ਉਹਦਾ ਰਿਕਾਰਡ ਛੇਤੀ ਖਤਮ ਹੋਣ ਚਾਹੁੰਦਾ ਤੇ ਅਗਲਾ ਬਿਨਾਂ ਕਿਸੇ ਸ਼ਿਸ਼ਟਾਚਾਰ ਦੀ ਪ੍ਰਵਾਹ ਕੀਤੇ ਉਹਨੂੰ ਉੱਥੇ ਉਂਝੀ ਛੱਡ ਬੈਠਾ ਛੱਡ ਕੇ ਤੁਰ ਪੈਂਦਾ ਤੇ ਜਾਂ ਉਹਨੂੰ ਉੱਥੋਂ ਉੱਠ ਕੇ ਤੁਰ ਜਾਣ ਲਈ ਨਿਰਸੰਕੋਚ ਹੋ ਕੇ ਕਹਿ ਦਿੰਦਾ ਜਾਂ ਭਾਈ ਇਹ ਗਲੋਂ ਲੱਤ ਨਾਲੇ ਮੈਨੂੰ ਜ਼ਰੂਰ ਫਾਹੇ ਲਵਾਣੀ ਪਹਿਲੇ ਕੁਝ ਦਿਨ ਉਹਨੂੰ ਆਪਣੇ ਯਤਨਾਂ ਚੋਂ ਸਫਲਤਾ ਨਾ ਮਿਲਣ ਕਰਕੇ ਉਹਦੇ ਪੁਰਾਣੇ ਯਾਰ ਭਾਈ ਮਿਲਖੇ ਨੇ ਕਿਹਾ ਸੀ ਫੋਜਿਆ ਅੱਜਕੱਲ ਪਾਉ ਪੈਸੇ ਦਾ ਜ਼ਮਾਨਾ ਹੈ ਪੈਸਾ ਬੜੀਆਂ ਬੜੀਆਂ ਖੁਬੀਆਂ ਕੱਢ ਦਿੰਦਾ ਹੈ ਕਿਸੇ ਨੂੰ ਵੱਡੀ ਚੀਰਾ ਦੇ ਪੈਸੇ ਮੱਥੇ ਮਾਰ ਤੇਰਾ ਕੰਮ ਹੋਇਆ ਲੈ ਅਗਲੇਰੇ ਦਿਨ ਫੌਜੂ ਪਤਾ ਨਹੀਂ ਕਿਧਰੋਂ ਮੁੜੇ ਟੋੜੇ ਮੈਲੇ ਕੁਚਲੇ ਦਸਾਂ ਦਸਾਂ ਦੇ ਤਿੰਨ ਨੋਟ ਲੈ ਆਏ ਆ ਮਿਲਖੇ ਨੂੰ ਦੇ ਕੇ ਕਹਿਣ ਲਗਾ ਆ ਲੈ 30 ਰੁਪਏ ਮੈਂ ਤੈਨੂੰ 60 ਦਵ ਤੂੰ ਪੁੱਛ ਹੁਣ 30 ਕਿਉਂ ਆ 30 ਤਾਂ ਹੋਏ ਦੱਤਰ ਮਾਰਨ ਦੇ ਤੇ ਜਦੋਂ ਵੱਜ ਗਿਆ 30 ਉਸੇ ਵੇਲੇ ਨਗਦੋ ਨਗਦ ਲਵੇਂ ਮਿਲਖਾ ਕਹਿੰਦਾ ਸੀ ਉਹਨੂੰ ਸਾਰੀ ਰਕਮ ਪੇਸ਼ਗੀ ਚਾਹੀਦੀ ਸੀ ਤੇ ਫੌਜੂ ਕਹਿੰਦਾ ਸੀ ਨਾ ਪਾਉ ਓਏ ਇੱਕ ਦੰਤ ਨਹੀਂ ਹੋਣਾ ਤੂੰ ਪੁੱਛ ਕਿਉਂ ਤੂੰ ਪੁੱਛ ਧੋਖਾ ਕਰ ਜੇ ਮੈਂ ਤੇਰਾ ਕੀ ਪੱਟ ਲੂੰ ਆਪਣੇ ਨਾਲ ਧੋਖਾ ਹੋ ਜਾਣ ਤੋਂ ਇਸ ਕਰਕੇ ਵੀ ਡਰਦਾ ਸੀ ਕਿਉਂਕਿ ਜ਼ਿੰਦਗੀ 'ਚ ਉਸ ਨਾਲ ਕੋਈ ਧੋਖਿਆ ਹੁੰਦਾ ਇੱਕ ਇਤਿਹਾਸ ਉਹਦੇ ਉਹ ਤੇ ਉਹਦੇ ਆਲੇ ਦੁਆਲੇ ਦੇ ਲੋਕ ਗਿਣ-ਗਿਣ ਕੇ ਸੁਣਾ ਸਕਦੇ ਸਨ ਜਦੋਂ ਅਜੇ ਉਹਦੀ ਮਾਨਸਿਕ ਹਾਲਤ ਅਸਾਵੀ ਨਹੀਂ ਸੀ ਉਦੋਂ ਆਪਣੇ ਨਾਲ ਹੋਏ ਸਭ ਤੂੰ ਪਹਿਲੇ ਧੋਖੇ ਜਿਹਨੂੰ ਧੱਕਾ ਗਿਆ ਕਰਦਾ ਸੀ ਦਾ ਜ਼ਿਕਰ ਕਰਦਾ ਪਹਿਲਾਂ ਧੱਕਾ ਤਾਂ ਸਾਡੇ ਨਾਲ ਮਹਾਰਾਜ ਨੇ ਕੀਤਾ ਤੂੰ ਪੁੱਛ ਕਿਉਂ ਜਿਹਨਾਂ ਸਾਨੂੰ ਨੰਗ ਜੱਟਾਂ ਦੇ ਘਰ ਜੰਮਤਾ ਜਿਨ੍ਹਾਂ ਦੀ ਨਾ ਜ਼ਮੀਨ ਨਾ ਜਾਇਦਾਦ ਜਿਹੜੀ ਹੈ ਵੀ ਸੀ ਉਹ ਵੀ ਸਾਰੇ ਕਲਰ ਬੰੰਜਰ ਤੇ ਜੇ ਚੰਗੀ ਬਣੀ ਵੀ ਤਾਂ ਅਗਲੇ ਢੂਈ ਕੁੱਟ ਗਏ ਜੰਮਣਾ ਹੀ ਸੀ ਤਾਂ ਕਿਸੇ ਗੁਲਗਲੇ ਅਰਗੇ ਲਾਲੇ ਦੇ ਘਰ ਜੰਮਦੇ ਤੂੰ ਪੁੱਛ ਕਿਉਂ ਲਾਲੇ ਦੇ ਘਰ ਜੰਮਦੇ ਕੋਠੀਆਂ ਚ ਰਹਿੰਦੇ ਪਦਾਰਥ ਮੇਵੇ ਚੱਕਦੇ ਫਿਰ ਉਹ ਮੁੱਛਾਂ 'ਚ ਖਚਰਾ ਜਿਹਾ ਹਾਸਾ ਹੱਸਦਾ ਗੁਲਗੁਲੇ ਵਰਗੇ ਲਾਲੇ ਦੇ ਘਰ ਜੰਮਦੇ ਗੁਲਗੁਲੇ ਵਰਗੀ ਜਨਾਨੀ ਮਿਲਦੀ ਇੰਜ ਜੰਮਣਸਾਰ ਹੋਏ ਧੋਖੇ ਤੋਂ ਤਾਂ ਕਈ ਵਾਰ ਇੰਜ ਲੱਗਦਾ ਜਿਵੇਂ ਉਹਦਾ ਜੰਮਣ ਹੀ ਇੱਕ ਗਲਤੀ ਸੀ ਫਿਰ ਵੀ ਉਹ ਇਹ ਗਲਤੀ ਖੰਡਾਉਂਦਾ ਆਇਆ ਸੀ ਜਿਉਂਦਾ ਆਇਆ ਸੀ ਤੇ 60-65 ਸਾਲ ਦੀ ਉਮਰ ਚਾਕੇ ਹੁਣ ਉਹਨੂੰ ਖਬਰੇ ਕੀ ਹੋ ਗਿਆ ਸੀ ਉਹ ਮਰਨ ਲਈ ਕਾਲਾ ਪੈ ਰਿਹਾ ਸੀ ਇਹ ਹੀ ਰਾਮੁਲਕ ਜਨਮੋਂ ਨੂੰ ਨਿਰਾਰਥਕ ਝਾਪਣ ਲੱਗ ਪਿਆ ਸੀ ਉਹ ਤਾਂ ਹੈਰਾਨ ਵੀ ਹੁੰਦਾ ਸੀ ਕਿ ਜਦੋਂ ਉਹਦਾ ਜਨਮ ਲੈਣਾ ਹੀ ਠੀਕ ਨਹੀਂ ਸੀ ਤਾਂ ਇੰਨੀ ਲੰਮੀ ਝੂਠ ਵਰਗੀ ਜ਼ਿੰਦਗੀ ਉਹ ਕਿਵੇਂ ਜੀ ਆਇਆ ਸੀ ਤੇ ਸੋਚਦਾ ਰਹਿੰਦਾ ਉਹਦੇ ਜੰਮਣ ਖਣੋਂ ਕੀ ਥੜਿਆ ਪਿਆ ਸੀ ਜੇ ਭਲਾਉ ਨਾ ਵੀ ਜੰਮਦਾ ਤਾਂ ਸੰਸਾਰ 'ਚ ਭਲਾ ਕਿਹੜੀ ਗੱਲ ਹੋਣ ਰਹਿ ਜਾਣੀ ਸੀ ਤੇ ਚਲੋ ਜੇ ਉਹ ਗਲਤੀ ਨਾਲ ਜਾਂ ਕੁਦਰਤੀ ਮੌਕਾ ਮਿਲ ਜਾਂਤੇ ਜੰਮੀ ਬਿਆਸੀ ਤਾਂ ਇੰਨੀ ਜ਼ਿੰਦਗੀ ਜਿਉਂ ਕੇ ਉਹਨੇ ਕਿਹੜਾ ਪਹਾੜ ਹਾ ਦਿੱਤਾ ਸੀ ਤੇ ਜੇ ਹੁਣ ਉਹ ਭਲਾ ਮਰ ਵੀ ਜਾਵੇ ਤਾਂ ਕਿਹੜੇ ਮੇਲੇ ਲੱਗਣੋਂ हट ਜਾਣਗੇ ਇਹ ਜ਼ਿੰਦਗੀ ਸੀ ਵੀ ਕੀ ਇਸਟ ਕੀ ਤਰਿਆ ਪਿਆ ਸੀ ਇਸ ਨਾਲੋਂ ਤਾਂ ਮਰ ਹੀ ਜਾਵੇ ਤਾਂ ਚੰਗਾ ਐ ਅਖੀਰ ਉਹਨੇ ਮਰਨ ਦਾ ਫੈਸਲਾ ਕਰ ਹੀ ਲਿਆ ਸੀ ਹਾਂ ਉਹ ਮਰ ਜਾਏਗਾ ਪਰ ਮਰੇ ਕਿਵੇਂ ਭਾਵੇਂ ਆਤਮਕਾਤ ਕਰਨ ਦੇ ਨੇਕਾਂ ਢੰਗ ਇਜਾਦ ਹੋ ਗਏ ਸੀ ਪਰ ਪਤਾ ਨਹੀਂ ਕਿਉਂ ਉਹ ਆਤਮਕਾਤ ਕਰਨ ਤੋਂ ਤਰਹੰਦਾ ਸੀ ਪਹਿਲੇ ਦਿਨੀ ਉਹ ਸਾਪ ਹੀ ਦਾਤਰ ਲੈ ਕੇ ਆਪਣੇ ਆਪ ਨੂੰ ਝਟਕਾਉਣ ਦਾ ਇਰਾਦਾ ਕਰ ਲਿਆ ਬੂਆ ਢੋਕੇ ਹਿੰਮਤ ਕਰਕੇ ਉਹਨੇ ਦਾਤਰ ਆਪਣੀ ਧੌਣ ਨਾਲ ਛੁਆਇਆ ਉਹਨੂੰ ਜਲੂਨ ਜੀ ਹੋਈ ਫਿਰ ਉਹਨੇ ਦਾਤਰ ਦੀ ਖੁੰਡੀ ਧਾਰ ਦੇ ਤਿੰਨ ਵਾਰ ਆਪਣੇ ਹੱਥ ਤੇ ਬੋਲੇ-ਬੋਲੇ ਕਰਕੇ ਵੇਖੇ ਤੇ ਫਿਰ ਜਿਵੇਂ ਉਹਨੇ ਇਰਾਦਾ ਬਦਲ ਲਿਆ ਆਪਣੇ ਆਪ ਨੂੰ ਮਾਰਨਾ ਡਾਡਾ ਔਖਾ ਕੰਮ ਸੀ ਕੋਈ ਹੋਰ ਜੇ ਕੋਈ ਟੱਪ ਨਾਲ ਉਹਨੂੰ ਮਾਰ ਦੇਵੇ ਤਾਂ ਬਿਹਤਰ ਰਹੇਗਾ ਉਸ ਦਿਨ ਤੋਂ ਦਰ ਦਰ ਤੇ ਜ਼ਿੰਦਗੀ ਦੀ ਥਾਂ ਮੌਤ ਦੀ ਭੀਖ ਮੰਗਦਾ ਫਿਰਦਾ ਸੀ ਪਰ ਹਰ ਦੁਆਰੇ ਤੋਂ ਉਹਨੂੰ ਨਿਰਾਸ਼ਾ ਦਾ ਹੀ ਮੂੰਹ ਵੇਖਣਾ ਪੈਂਦਾ ਲੋਕ ਉਹਦੀ ਮੂਰਖਤਾ ਤੇ ਹੱਸਦੇ ਕੁਝ ਉਹਦੀ ਯਤਮਤ ਤੇ ਤਰਸ ਖਾਂਦੇ ਉਹ ਨਿਰਾਸ਼ਾ ਚ ਲੰਮਾ ਹੋਕਾ ਭਰਦਾ ਏ ਰੱਬਾ ਤੂੰ ਬੜਾ ਲਾਪਰਵਾਹ ਬੇਪਰਵਾਦੀ ਥਾ ਉਸ ਸਦਾ ਰੱਬ ਨੂੰ ਲਾਪਰਵਾਹੀ ਆਖਦਾ ਤੇਰੀ ਦਰਗਾਹ ਚ ਕੋਈ ਇਨਸਾਫ ਨਹੀਂ ਤੂੰ ਵੀ ਤਗੜਿਆਂ ਦਾ ਕਿਤੇ ਮੱਤੜਦੇ ਆਵੇਂ ਬਸ ਤੂੰ ਪੁੱਛ ਕਿਉਂ ਸਾਨੂੰ ਜੋ ਇੰਨਾ ਸਤਾਇਆ ਈ ਲੰਮਾ ਪਾਲਾ ਤੈਨੂੰ ਵਾਣਾ ਚ ਤੇ ਡੈਪੇ ਡਾਂਗੀ ਉੱਤਰਿਆ ਜਾਂਦਾ ਸਾਰੀ ਜ਼ਿੰਦਗੀ ਤੇ ਤੈਰ ਜਾਂਦਾ ਜਿਹੜੀ ਜ਼ਿੰਦਗੀ ਹੁਣ ਉਹਨੂੰ ਬੋਝ ਲੱਗਦੀ ਸੀ ਨਰਕ ਲੱਗਦੀ ਸੀ ਜਿਹੜੀ ਜ਼ਿੰਦਗੀ ਦੇ ਉਹ ਇੰਨੇ ਸਾਲ ਗੁਜ਼ਾਰ ਗਿਆ ਸੀ ਕਿ ਉਹਨੂੰ ਪਲਾਂਛਣਾਨ ਦੀ ਗੱਲ ਲੱਗਦੀ ਸੀ ਅਕਸਰ ਕੁਝ ਤਾਂ ਹੋਏਗਾ ਇਸ ਜ਼ਿੰਦਗੀ 'ਚ ਨਹੀਂ ਤਾਂ ਇੰਨਾ ਲੰਮਾ ਸਮਾਂ ਉਹ ਕਿਵੇਂ ਜੀ ਸਕਦਾ ਸੀ ਉਹ ਮੁੱਢੋਂ-ਮੁੱਢ ਵੇਖਦਾ ਮਦਰੱਸੇ 'ਚ ਮੌਲਵੀ ਅਬਦੁਲ ਗਨੀ ਦੀ ਘੁੱਟੋ ਦੇ ਲਈ ਪਹਿਲਾ ਨਰਕ ਸੀ ਮਦਰੱਸੇ ਨਾਲ ਉਹਦੀ ਯਾਰੀ ਬਹੁਤੀ ਦਿਨਾਂ ਨਿਭੀ ਉਹ ਡੰਗਰਾਂ ਪਿੱਛੇ ਪਿਓ ਦੇ ਕਹਿਣ ਅਨੁਸਾਰ ਮਾਲ ਅਫਸਰ ਲੱਗ ਗਿਆ ਉਦਾ ਵੱਡਾ ਭਰਾ ਪ੍ਰੀਤੂ ਪਹਿਲਾਂ ਹੀ ਪਿਓ ਨਾਲ ਵਾਹੀ ਚ ਪੂਰਾ ਹੱਥ ਵਟਾਉਂਦਾ ਸੀ ਇੰਜ ਮਾਂ ਪਿਓ ਦੇ ਪਿਆਰ ਦੀ ਛਾਂ 'ਚ ਪੜਦੇ ਯਾਰਾਂ ਨਾਲ ਡੰਗਰਾਂ ਦੇ ਪਿੱਛੇ ਹੇਕਾਂ ਲਾਉਂਦੇ ਪਿੰਡ ਦੀ ਵੱਡੀ ਟਾਬ 'ਚ ਡੰਗਰ ਵਾੜ ਕੇ ਗਰਮੀਆਂ ਦੀਆਂ ਸਾਰੀਆਂ ਦੁਪਹਿਰਾਂ ਨਹਾਉਂਦੇ ਤਾਰੀਆਂ ਲਾਉਂਦੇ ਪਿੰਡੋਂ ਕਈ ਕਈ ਮੀਲ ਦੂਰ ਮੇਲੇ ਤੇ ਛਿੰਝਾਂ ਵੇਖਣ ਜਾਂਦੇ ਸਿਆਲ ਦੀਆਂ ਰਾਤਾਂ 'ਚ ਨਾਚਿਆਂ ਦੇ ਗਾਣ ਸੁਣਦੇ ਤੇ ਪਿੰਡ ਦੇ ਸਾਵਿਆਂ 'ਚ ਕੌਡੀ ਖੇਡਦੇ ਫੌਜੂ ਦੇ ਉਹਨਾਂ ਦਿਨਾਂ ਦੀ ਯਾਦ ਉਹਨੂੰ ਹੁਣ ਬਰਫ਼ ਵਾਂਗ ਜੰਮੀ ਜ਼ਿੰਦਗੀ 'ਚ ਕੋਸੀ ਧੁੱਪ ਵਾਂਗ ਲੱਗਣ ਲੱਗ ਜਾਂਦੀ ਤੇ ਉਹਦੀਆਂ ਨਾੜਾਂ 'ਚ ਖੂਨ ਪੰਗਰ ਪੈਂਦਾ ਉਹ ਦਿਨ ਸੱਚੀ ਉਹਦੇ ਅੰਦਰ ਇੱਕ ਅਲਕ ਬਛੇਰੇ ਵਾਲੀ ਫੁਰਤੀ ਸੀ ਭਾਵੇਂ ਉੱਤੇ ਕੋਈ ਅਲੋਕਾਰ ਜਵਾਨੀ ਨਹੀਂ ਸੀ ਆਈ ਫਿਰ ਵੀ ਉਹ ਹੱਡਾਂ ਪੈਰਾਂ ਦਾ ਮੋਕਲਾ ਤੇ ਆਪਣੇ ਹਾਨੀਆਂ ਤੋਂ ਸਿਰ ਕੱਢਦਾ ਸੀ ਲਵੇਰਾ ਹਰ ਵळे ਰਹਿੰਦਾ ਸੀ ਦੁੱਧ ਕਿਓ ਖਾਣ ਨੂੰ ਮਿਲ ਜਾਂਦਾ ਸੀ ਹੁਣ ਵੀ ਮੱਝਾਂ ਚਾਰਨ ਦਾ ਕੰਮ ਉਹਦੇ ਜਿੰਮੇ ਹੁਣ ਕਰਕੇ ਧਾਰਾ ਉਹ ਹੀ ਕੱਢਦਾ ਤੇ ਕਈ ਵਾਰ ਦੂਜਿਆਂ ਦੇ ਹਿੱਸੇ ਦਾ ਵੀ ਉਹ ਹੀ ਛੱਕ ਜਾਂਦਾ। ਉਹਦੇ ਜਿਸਮ ਦਾ ਤਾਣ ਉਹਦੇ ਅੰਦਰ ਉਸਲਵਟੇ ਭੰਦਾ ਰਹਿੰਦਾ। ਉਹਦੇ ਬਦਨ 'ਚ ਚੰਗਿਆੜੇ ਫੁੱਟਦੇ ਰਹਿੰਦੇ, ਉਹਦਾ ਦਿਲ ਕਰਦਾ ਜ਼ੈਲਦਾਰਾਂ ਦੇ ਨਿਆਂਇਆਂ ਵਾਲੇ ਖੂਤਲੇ ਸੰਘਣੇ ਬੋੜ ਵਾਂਗ ਸਾਰੇ ਪਿੰਡ ਦੇ ਫੈਲ ਜਾਏ ਤੇ ਉਹਨੂੰ ਆਪਣੀ ਛਾ ਨਾਲ ਢੱਕ ਦੇਵੇ। ਤੇ ਇੱਕ ਦਿਨ ਪਿੰਡ ਦੀ ਰੋਡ ਵਿੱਚ ਰੱਸਾ ਖਿੱਚ ਰਹੇ ਮੁੰਡਿਆਂ ਦੀ ਕਤਾਰ ਵਿੱਚ ਉਹ ਵੀ ਜਾਖਲ ਹੁੰਦਾ। ਕੱਦ ਦਾ ਵੱਡਾ, ਸਰੀਰ ਦਾ ਤਕੜਾ ਹੋਣ ਕਰਕੇ ਉਹਨੂੰ ਸਭ ਤੋਂ ਅੱਗੇ ਭਿੰਡੀ ਪਾਇਆ ਗਿਆ। ਰੱਸਾ ਖਿੱਚਣ ਸਮੇਂ ਆਪਣੇ ਪਾਸੇ ਟੇਡਾ ਹੋ ਕੇ ਤਣ ਗਿਆ। ਰੱਸਾ ਉਹਦੇ ਮੋਢਿਆਂ ਤੋਂ ਵਲ ਕੇ ਪਾਇਆ ਸੀ ਤੇ ਉਹਨੂੰ ਅਹਿਸਾਸ ਸੀ ਵੀ ਜੇ ਰੱਸਾ ਖਿੱਚਿਆ ਗਿਆ ਤਾਂ ਬਿੰਡੀ ਲੱਗਾ ਹੋਣ ਕਰਕੇ ਤੇ ਪਹਿਲੇ ਦਿਨ ਆਇਆ ਹੋਣ ਕਰਕੇ ਉਹਦੀ ਡਾਢੀ ਨਮੋਸ਼ੀ ਹੋਣੀ ਸੀ। ਜਦੋਂ ਆਪਣੇ ਦੁਆਲੇ ਵਲੇ ਰੱਸੇ ਸਮੇਤ ਉਹਨੂੰ ਪਹਿਲਾ ਹੁਜਕਾ ਵੱਜਾ ਤਾਂ ਉਹਦੇ ਜੰਮੇ ਹੋਏ ਪੈਰ ਇੱਕ ਪੱਲੇ ਉਖੜੇ। ਉਹਨੂੰ ਲੱਗਾ ਵਿਰੋਧੀ ਧਿਰ ਹੋਣੀ ਉਹਦੀ ਟੋਲੀ ਨੂੰ ਖਿੱਚ ਕੇ ਲਾਜਾਏਗੀ ਤੇ ਉਹਦੇ ਮੱਥੇ ਨਮੋਸ਼ੀ ਦੀ ਕਾਲਖ ਮਲੀ ਜਾਏਗੀ। ਦੂਜੇ ਛਣੋਂ ਨੇ ਧਰਤੀ 'ਚ ਪੈਰ ਗੱਡਲੇ ਰੱਸਾ ਤਣ ਗਿਆ ਵਿਰੋਧੀ ਟੋਲੀ ਵੱਲ ਤਕੜੇ ਮੁੰਡੇ ਸੀ ਰੱਸਾ ਰੁੜਦਾ ਜਾਂਦਾ ਜਿਵੇਂ ਫੌਜੀ ਦੇ ਤਾਣ ਨਾਲ ਠੱਲੇ ਆ ਗਿਆ ਵੇਖਣ ਵਾਲਿਆਂ ਨੇ ਰੌਲਾ ਚੁਕ ਲਿਆ ਤਕੜਾ ਹੋ ਜਾ ਫੌਜੀਆਂ ਹੁਣ ਅੱਗੇ ਨੂੰ ਲਾਜ਼ੋਰ ਰਤਾਨੀਵਾ ਹੋ ਕੇ ਬੁੱਲੇ ਤਕੜੇ ਹੋ ਜੋ ਤੇ ਫੌਜੇ ਦੇ ਹੱਥਾਂ ਵਿੱਚੋਂ ਅੱਗ ਨਿਕਲ ਰਹੀ ਸੀ ਤਲੀਆਂ ਸਾਨੂੰ ਜਿਵੇਂ ਬਲ ਉੱਠਣ ਗਿਆ ਸਿਨੂਪ ਸਿਨੀ ਅੱਖਾਂ 'ਚ ਗਹਿਰ ਦਿਮਾਗ ਜਿਵੇਂ ਸੁੰਨ ਹੋ ਗਿਆ ਹੋਵੇ ਤੇ ਫੌਜੇ ਨੂੰ ਲੱਗਾ ਉਹ ਕੀ ਪੰਗਾ ਲੈ ਬੈਠਾ ਸੀ ਪਰ ਉਹਨੇ ਸੁਣਿਆ ਉਹਦੇ ਸਾਹਾਂ-ਸਾਂ ਕਰਦੇ ਕੰਨਾਂ 'ਚ ਜਫੇਰੇ ਖੜੋਤੀ ਭੇੜ ਦੇ ਬੋਲ ਗੂੰਜ ਰਹੇ ਸਨ ਵੇਖੀ ਫੌਜਿਆ ਮਰ ਨਾ ਜਾਈ ਲਾਹ ਦੇ ਜ਼ੋਰ ਉਸ ਹੁਜਕਾ ਮਾਰਿਆ ਰਸਾਉ ਨਾਲ ਉੱਲ ਲੜਾਇਆ ਉਹ ਛੇਤੀ ਨਾਲ ਪੈਰ ਚੁੱਕ ਕੇ ਅੱਗੇ ਟਕਾ ਲਈ ਪਹਾੜ ਵਾਂਗ ਖੜੋ ਗਿਆ ਸ਼ਾਬਾਸ਼ ਜਿਉਂਦਾ ਰਹੁ ਉਹਨੂੰ ਮਹਿਸੂਸ ਹੋਇਆ ਉਹਨੇ ਚੁੱਕ ਕੇ ਜੋ ਪੈਰ ਧਰਤੀ 'ਚ ਗੱਡੇ ਸੀ ਉਹ ਅੰਦਰ ਚਾਹਤ ਹੀ ਜ਼ਿੰਦਗੀ ਦਾ ਸੁਨੇਹਾ ਲੈ ਆਏ ਸੀ ਉਹ ਖੁਸ਼ਕੋਈ ਸੰਗ ਨਾਲ ਆਪਣੇ ਸਾਥੀਆਂ ਨੂੰ ਲਲਕਾਰਿਆ 1 2 3 ਉਹ ਜੋਕੇ ਮਾਰਦੇ ਜਾਂਦੇ ਸਨ ਰੱਸਾ ਉਹਨਾਂ ਵੱਲ ਖਿਸਕਦਾ ਆਉਂਦਾ ਸੀ ਫੌਜਾ ਪੈਰ ਚੁੱਕਦਾ ਧਰਤੀ 'ਚ ਫਸਾ ਲੈਂਦਾ ਸੀ ਹਰ ਕਦਮ ਮਰ ਜਾਣ ਵਰਗੀ ਫਿਟਕਾਰ ਤੋਂ ਉਹਨੂੰ ਬਚਾ ਰਿਆ ਸੀ ਜ਼ਿੰਦਗੀ ਬਖਸ਼ ਰਿਹਾ ਸੀ ਤਿੰਨ ਚਾਰ ਪੰਜ ਤੇ ਫੌਜੇ ਦੀ ਅਗਵਾਈ ਚ ਉਹਦੀ ਟੋਲੀ ਆਵਾਜ਼ਾਂ ਦੇ ਜ਼ੋਰ ਸ਼ੋਰ ਵਿੱਚ ਰੱਸਾ ਖਿੱਚਦੀ ਹੋ ਗਈ ਹੋ ਗਈ ਤੇ ਉਸ ਦਿਨ ਉਹ ਜਿਵੇਂ ਸਾਰੇ ਪਿੰਡ ਤੇ ਛਾ ਗਿਆ ਸੀ ਫੌਜਾਂ ਤੇ ਸਾਰਾ ਗੋ ਆਂਗੂ ਪੈਰ ਡਾਲੰਦਾ ਜ਼ਮੀਨ ਕੋਈ ਕਹਿ ਰਿਆ ਸੀ ਉਸ ਦਿਨ ਤੋਂ ਪਿੱਛੋਂ ਰੋਜ਼ ਰੱਸਾ ਖਿੱਚਦਾ ਉਹਦੀ ਬੱਲੇ ਬੱਲੇ ਹੋ ਗਈ ਸੀ ਉਹਨਾਂ ਦੀ ਟੋਲੀ ਮੇਲਿਆਂ ਤੇ ਰੱਸਾ ਖਿੱਚਦੀ ਬਹੁਤੀ ਵਾਰੀ ਜਿੱਤ ਕੇ ਮੁੜਦੀ ਤੇ ਫੌਜਾਂ ਆਪਣੀ ਟੋਲੀ ਦਾ ਮੋਰੀ ਹੁੰਦਾ ਤੇ ਜਦੋਂ ਜਿੱਤ ਕੇ ਮੁੜਦੇ ਤਾਂ ਪਿੰਡ ਦੀ ਪਰੇ ਵਿੱਚ ਉਹਨਾਂ ਦੀਆਂ ਗੱਲਾਂ ਹੁੰਦੀਆਂ ਆਮ ਤੋਂ ਖਾਸ ਬਣੇ ਫੌਜੇ ਨੂੰ ਆਪਣੇ ਬਾਰੇ ਹੁੰਦੀਆਂ ਗੱਲਾਂ ਸੋਹਣੀਆਂ ਲੱਗਦੀਆਂ ਖੂਹ ਤੇ ਪਾਣੀ ਭਰਨ ਆਈਆਂ ਕੁੜੀਆਂ ਨੂੰ ਵੇਖ ਕੇ ਉਨੂੰ ਸੁਣਾ ਕੇ ਗੱਲਾਂ ਕਰਦੀਆਂ ਸ਼ਰਮ ਚ ਸੁਹਾ ਹੋਇਆ ਉਹ ਅੱਖਾਂ ਭਾਵੇਂ ਧਰਤੀ ਤੇ ਗੱਡੀ ਰੱਖਦਾ ਪਰ ਨਜ਼ਰ ਉਹਦੀ ਅਸਮਾਨ ਚ ਧਰਦੀ ਹੁੰਦੀ ਉਹਨੂੰ ਸਾਰਾ ਕੁਝ ਸੋਹਣਾ ਸੋਹਣਾ ਲੱਗਣ ਪਿਆ ਲੱਗ ਪਿਆ ਸੀ ਚਲਦੀਆਂ ਹਵਾਵਾਂ ਉਹਦੇ ਪਿੰਡੇ ਨਾਲ ਕੁਦਕੁਤਾਰੀਆਂ ਕਰਦੀਆਂ ਸਾਰਾ ਜਹਾਨ ਉਹਦੇ ਸਾਹਮਣੇ ਪਿਆ ਸੀ ਕਲਾਵੇ ਚ ਭਰ ਲੈਣ ਲਈ ਸਾਰਾ ਪਿੰਡ ਤੇ ਉਸ ਚ ਰਹਿੰਦੇ ਲੋਕ ਉਹਨੂੰ ਚੰਗੇ ਚੰਗੇ ਲੱਗਣ ਲੱਗ ਪਏ ਸਨ ਪਿੰਡ ਦਾ ਤਖਤ ਪੋਸ਼ ਜਿਸ ਤੇ ਤਾਸ਼ 12 ਟਾਣੂ ਖੱਡੀ ਖੱਡਾ ਖੇਡਦੇ ਲੋਕ ਹੁੰਦੇ ਹਾਸਿਆਂ ਦੀ ਆਵਾਜ਼ਾਂ ਖਲੇੜਦੇ ਅੱਧੇ ਪਿੰਡ ਦਵਾਲੇ ਫੈਲੀ ਡੂੰਗੀ ਟਾਬ ਜਿਸਟ ਸਾਰੇ ਪਿੰਡ ਦੇ ਡੰਗਰਾਂ ਵਾਂਗ ਰੱਜ ਕੇ ਵੜੀਆਂ ਉਹਦੀਆਂ ਮੱਝਾਂ ਸਿਰ ਤੱਕ ਪਿੰਡਾ ਡੁਬਾਈ ਸ਼ੂਕਦੀਆਂ ਰਹਿੰਦੀਆਂ ਉਹਨਾਂ ਨੂੰ ਮਲਮਲ ਨਹਾਉਂਦਾ ਰਹਿੰਦਾ ਟਾਬ ਕੰਡੇ ਉੱਚੀ ਰੋੜੀ ਤੇ ਲੱਗਦਾ ਵਿਸਾਖੀ ਦਾ ਮੇਲਾ ਜਿੱਥੇ ਰਾਗੀ ਢਾਡੀ ਤੇ ਕਵੀਸ਼ਰ ਦੀਵਾਨ ਲਾਉਂਦੇ ਆਲੇ-ਦੁਆਲੇ ਦੇ ਪਿੰਡਾਂ ਚ ਉਗराई ਕਰਕੇ ਜਿੱਥੇ ਲੰਗਰ ਚ ਸਿਰਫ ਦੁੱਧ ਦੀ ਖੀਰ ਰਜ ਦੀ ਤੇ ਆਏ ਲੋਕਾਂ ਚ ਰਜਮੀ ਵਰਤਾਈ ਜਾਂਦੀ ਜਿੱਥੇ ਉਹ ਯਾਰਾਂ ਦੀ ਟੋਲੀ ਨਾਲ ਰਲ ਕੇ ਪਕੌੜੇ ਤੇ ਜਲੇਬੀਆਂ ਖਾਂਦਾ ਉਹਦੇ ਸਾਹਮਣੇ ਜ਼ਿੰਦਗੀ ਸੁਨਹਿਰੀ ਕਿਣਕਿਆਂ ਵਾਂਗ ਖਿਲਰੀ ਪਈ ਸੀ ਉਹ ਜਿਵੇਂ ਪੋਟਿਆਂ ਨਾਲ ਕਿੱਕ ਕਰਕੇ ਇੱਕ ਕਿਣਕੇ ਝੁਗ ਰਿਆ ਸੀ ਝੋਲੀ ਭਰੀ ਜਾ ਰਿਹਾ ਸੀ ਆਪੇ ਤੋਂ ਬਾਹਰ ਹੋ ਰਿਹਾ ਸੀ ਉਹਦੀ ਰੂਹ ਸਰਸ਼ਾਰ ਹੋਈ ਪਈ ਸੀ ਇਹ ਜਨਮ ਉਹਦੇ ਲਈ ಅಮੂਲ ਖੀਰੇ ਵਾਂਗ ਸੀ ਹੀਰਾ ਜੋ ਹਰ ਚੜ੍ਹਦੇ ਦਿਨ ਨਾਲ ਚਮਕ ਰਿਹਾ ਸੀ ਵੱਧ ਹੋਰ ਵੱਧ ਇਹ ਉਹ ਦਿਨ ਸਨ ਬਿਨਾ ਖੰਭਾਂ ਤੋੜਦਾ ਫੌਜੂ ਜਿਵੇਂ ਸਾਰੇ ਆਕਾਸ਼ ਵਿੱਚ ਪਸਰਦਾ ਜਾ ਰਿਹਾ ਸੀ ਤੇ ਕੋਈ ਹੈਰਾਨੀ ਦੀ ਗੱਲ ਨਹੀਂ ਇਹੋ ਹੀ ਦਿਨ ਸਨ ਜਦੋਂ ਦਾ ਬੁੱਢਾ ਪਿਓ ਨਿਸਬਤਨ ਸੁੰਗੜਦਾ ਜਾ ਰਿਹਾ ਸੀ ਚਿਹਰੇ ਤੇ ਝੁਰੜੀਆਂ ਵਧਦੀਆਂ ਲੱਕ ਕੁੱਬਾ ਹੁੰਦਾ ਜਾ ਰਿਹਾ ਸੀ ਫੌਜੂ ਤੋਂ ਵੱਡਾ ਭਰਾ ਪ੍ਰੀਤੂ ਵਾਹੀ ਚ ਭਾਵੇਂ ਪਿਓ ਦੀ ਭਰਵੀਂ ਮਦਦ ਕਰ ਰਿਹਾ ਸੀ ਪਰ ਸਾਰੇ ਰਿਸ਼ਤਿਆਂ ਤੇ ਜ਼ਿੰਮੇਵਾਰੀਆਂ ਦਾ ਭਾਰ ਉਦੀ ਪਿੱਠ ਤੇ ਸੀ ਲੈਣ ਦੇਣ ਦਾ ਸਾਰੇ ਫਿਕਰ ਦਾ ਉਸੇ ਨੂੰ ਸਨ ਜਿਹਦੇ ਸਿਰ ਤੇ ਕਰਜ਼ੇ ਦਾ ਭਾਰ ਸੀ ਜਿਹਦੀ ਬੰਜਰ ਜ਼ਮੀਨ ਪਾਣੀ ਦੀ ਬੂੰਦ ਨੂੰ ਤਰਸਦੀ ਰਹਿੰਦੀ ਸੀ ਜਿਹਦੇ ਆਪਣੇ ਪਿਆਸੇ ਬੁੱਲਾਂ ਤੇ ਸਿਕਰੀ ਜੰਮੀ ਰਹਿੰਦੀ ਸੀ ਉਹਦੇ ਹੋਠ ਵੀ ਜਿਵੇਂ ਸੁੱਖ ਦੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਤਰਸ ਰਹੇ ਸਨ ਤੇ ਇੱਕ ਦਿਨ ਉਹਦੇ ਕਿਸੇ ਹਾਣੀ ਨੇ ਉਹਨੂੰ ਆਖਿਆ ਸੁਰਜਨ ਸਿਆ ਤੂੰ ਪਾਉ ساری ਉਮਰ ਫਾਟਾ ਪਣਾਉਣ ਦਾ ਠੇਕਾ ਲਿਆ ਛੋਟੇ ਫੌਜੂ ਨੂੰ ਲਾਖਾਂ ਹਲ ਪਿੱਛੇ ਨਾਲ ਤੇ ਐਵੇਂ ਵਿਹਲਾ ਟੀਟਣੇ ਮਾਰਦਾ ਫਿਰਦਾ ਨਵੇਂ ਭਰਾਣ ਰਲ ਕੇ ਕੰਮ ਕਰਨ ਜੇ ਤੈਥੋਂ ਨਹੀਂ ਜੁੜਿਆ ਜਾਂਦਾ ਤਾਂ ਮਾਲ ਡੰਗਰ ਛੱਡ ਲਿਆ ਕਰ ਗੱਲ ਉਹਦੇ ਮਨ ਲੱਗੀ ਸੀ ਉਹ ਤੋਂ ਹੋਰ ਇਸ ਰੁੱਖੀ ਵਾਹੀ ਨਾਲ ਨਿਭਿਆ ਨਹੀਂ ਸੀ ਜਾਂਦਾ ਉਸ ਬਥੇਰਾ ਚਾਇਆ ਸੀ ਔਖਾ ਸੌਖਾ ਹੋ ਕੇ ਚਾਰ ਮਣਦਾਲੇ ਵੱਧ ਕੱਢ ਕੇ ਕਿਧਰੇ ਆਪਣੇ ਖੇਤਾਂ 'ਚ ਆਪਣੇ ਖੂਲ ਵਾ ਲਵੇ ਇੱਕ ਅੱਧਾ ਪੱਕਾ ਕੋਠਾ ਛੱਤ ਲਵੇ ਸ਼ਰੀਕੇ 'ਚ ਅਹਿਸਾਸ ਪੈਦਾ ਕਰ ਲਏ ਕਿ ਉਹਨਾਂ ਦਾ ਘਰ ਖਾਂਦੇ ਪੀਂਦੇ ਜੱਟਾਂ ਦਾ ਘਰ ਹੈ ਕੋਈ ਮੁੰਡਾ ਵਿਆਹ ਲਵੇ ਸੁਰਖਰੂ ਹੋ ਜਾਏ ਪਰ ਇਹ ਸਭ ਕੁਝ ਨਹੀਂ ਸੀ ਹੋ ਸਕਿਆ ਦੋਹਾਂ ਚੋਂ ਅਜੇ ਕਿਸੇ ਮੁੰਡੇ ਨੂੰ ਸਾਖ ਨਹੀਂ ਸੀ ਹੋਇਆ ਉਹ ਆਪਣੇ ਖੇਤਾਂ 'ਚ ਆਪਣਾ ਖੂਨ ਹੀ ਸੀ ਲਵਾ ਸਕਿਆ ਕੋਈ ਪੱਕਾ ਕੋਠਾ ਨਹੀਂ ਸੀ ਛੱਤ ਸਕਿਆ ਨਾ ਹੀ ਲੋਕਾਂ 'ਚ ਖਾਂਦੇ ਪੀਂਦੇ ਜੱਟ ਹੋਣ ਦਾ ਅਹਿਸਾਸ ਪੈਦਾ ਕਰ ਸਕਿਆ ਸੀ ਕਿ ਉਹ ਥੱਕ ਗਿਆ ਸੀ ਉਸ ਤੋਂ ਹੁਣ ਹੋਰ ਹਲ ਦੀ ਜੰਗੀ ਨਹੀਂ ਸੀ ਫੜੀ ਜਾਂਦੀ ਤੇ ਉਸ ਹਾਰ ਫੁੱਟ ਕੇ ਵਾਹੀ ਦਾ ਪੱਟਾ ਟੋਲ ਪ੍ਰੀਤੂ ਦੇ ਫੌਜੂ ਦੋਹਾਂ ਭਰਾਵਾਂ ਦੇ ਗਲ ਪਾਤਾ ਸੀ ਪ੍ਰੀਤੂ ਦਾ ਪਹਿਲਾਂ ਹੀ ਬੇਸੁਰਾ ਪਾਟਾ ਢੋਲ ਕੁੱਟ ਰਿਆ ਸੀ ਹੁਣ ਫੌਜੀ ਦੀ ਵਾਰੀ ਸੀ ਫੌਜੇ ਲਈਏ ਬੇਸੁਰੇ ਠਾਕ ਠਾਕ ਡਾਢੀ ਤੰਗ ਕਰ ਦੇਣ ਵਾਲੀ ਸੀ ਆਪਣੀ ਵਾਰੀ ਤੇ ਤਾਰਿਆਂ ਦੀ ਛਾਵੇਂ ਤੜਕੇ ਪੈਰ ਜਦੋਂ ਉਹਨੂੰ ਹਲਾਮਗਰ ਤੁਰਨਾ ਪੈਂਦਾ ਤਾਂ ਉਹਦੇ ਮਨ ਨੂੰ ਡਾਢੀ ਐਚ ਵੀ ਹੁੰਦੀ ਜਦੋਂ ਉਹਦਾ ਪਿਓ ਉਹਦੀ ਵਾਰੀ ਤੇ ਉਹਨੂੰ ਹਲਾਣ ਵਾਸਤੇ ਉੱਠਣ ਲਈ ਆਵਾਜ਼ ਮਾਰਦਾ ਤਾਂ ਨੀਂਦਰ ਚ ਘੂਕ ਸੁੱਤੇ ਫੌਜੀ ਨੂੰ ਤੇ ਡਾਢੀ ਖੇਜ ਜਾਂਦੀ ਉਹ ਪਾਸਾ ਮੋੜ ਕੇ ਫੇਰ लेट ਜਾਂਦਾ ਤੇ ਉੱਤੇ ਲਈ ਚਾਦਰ ਘੁੱਟ ਲੈਂਦਾ ਬੁੱਢਾ ਫੇਰ ਹਲੂਣਦਾ ਕੰਜਰ ਦੇ ਉਹ ਕਿਉਂ ਭੁੱਖੇ ਮਰਨ ਦੀ ਸਲਾਹ ਜੀ ਬਥੇਰਾ ਚਿਰ ਫਿਰ ਲਿਆ ਵੇਲਾ ਹੁਣ ਆਪਣਾ ਭਾਰ ਆਪ ਚੁੱਕੋ ਜਿਹੜਾ ਜੱਟ ਐਸ ਵੇਲੇ ਤੱਕ ਸੁੱਤਾ ਰਹੂ ਉਹਦੇ ਘਰ ਭੰਗ ਨਾ ਭੁੱਜੂ ਤਾਂ ਹੋਰ ਕੀ ਚੰਗਾ ਪਿਆਰੋ ਮੈਨੂੰ ਕੀ ਤੇ ਫੌਜੀ ਦੀਆਂ ਅੱਖਾਂ 'ਚ ਭਾਵੇਂ ਨੀਂਦਰ ਲੜਕ ਰਹੀ ਹੁੰਦੀ ਪਰ ਬੁੱਢੇ ਦੀਆਂ ਗਾਲਾਂ ਦੇ ਡਰੋਂ ਉੱਠ ਬੈਠਦਾ ਅਲਸਾਈ ਅੰਗਾ ਨੂੰ ਆਕੜ ਲੈ ਕੇ ਸਿੱਧਾ ਕਰਦਾ ਬਲਦਾਂ ਨੂੰ 45 ਦੇ ਕੇ ਉਖੜੇ ਪੈਰੀ ਖੇਤਾਂ ਨੂੰ ਹੂ ਤੁਰਦਾ ਠੰਡੀ ਠੰਡੀ ਹਵਾ ਉਹਦੇ ਸਰੀਰ ਨੂੰ ਛੂ ਕੇ ਲੰਘਦੀ ਪਰ ਇਹ ਹਵਾ ਉਹਦੇ ਪਿੰਡੇ ਨੂੰ ਹੁਣ ਕੁਤਕੁਤਾਰੀਆਂ ਨਹੀਂ ਸੀ ਕਰਦੀ ਉਹਦਾ ਅੰਦਰ ਨੀਂਦ ਤੇ ਖਿਜ ਨਾਲ ਭਰਿਆ ਹੁੰਦਾ ਪਿੰਡੋਂ ਬਾਹਰ ਨਿਕਲ ਕੇ ਪਹੇ ਪੈਂਦੇ ਆ ਕਦੀ ਕਦੀ ਕੋਈ ਹੋਰ ਹਾਲੀ ਮਿਲ ਜਾਂਦਾ ਉਹ ਗੱਲਾਂ ਕਰਦੇ ਤੁਰੇ ਜਾਂਦੇ ਉਹਨਾਂ ਦੇ ਬਲਦਾਂ ਦੀਆਂ ਟੱਲੀਆਂ ਟੁਣਕਦੀਆਂ ਪਰ ਕਿਸੇ ਸ਼ਾਇਰ ਦੀ ਕਲਪਨਾ ਵਾਂਗ ਇਹ ਟੱਲੀਆਂ ਉਹਦੇ ਕੰਨਾਂ 'ਚ ਸ਼ਾਇਦ ਨਹੀਂ ਸੀ ਘੋਲਦੀਆਂ ਹਾਲ ਜੁੱਪ ਦਾ ਸਿਆੜ ਨਿਕਲਦੇ ਆਉਂਦੇ ਤੇ ਫੌਜਾ ਪਾਟ ਦੀ ਲਾਲੀ ਚ ਜਦੋਂ ਆਪਣੇ ਕੱਡੇ ਸਿੱਧੇ ਸਿਆੜਾ ਨੂੰ ਵੇਖਦਾ ਤੇ ਉਹਦੀਆਂ ਅੱਖਾਂ ਚ ਲਾਲੀ ਭਰ ਜਾਂਦੀ ਉਹਨੂੰ ਇੱਕ ਨਸ਼ਾ ਆ ਜਾਂਦਾ ਤੜਕੇ ਦੀ ਖਿੱਚ ਤੇ ਗੁੱਸਾ ਜਿਵੇਂ ਕਿਦਰੇ ਕਫੂਰ ਹੋ ਗਿਆ ਹੁੰਦਾ ਉਹਦਾ ਦਿਲ ਹੁੰਦਾ ਵੱਡੇ ਭਰਾ ਜਾਂ ਪਿਓ ਦੇ ਖੇਤਾਂ ਚ ਰੋਟੀ ਲੈ ਕੇ ਆਉਂਦੇ ਆ ਤਾਂ ਕੋ ਜਿੰਨੀ ਜ਼ਿਆਦਾ ਤੇ ਜਿੰਨੀ ਸੋਹਣੀ ਜ਼ਮੀਨ ਬਾ ਲੈਗਾ ਉਨੀ ਉਸ ਲਈ ਮਾਣ ਤੇ ਤਸੱਲੀ ਦੀ ਗੱਲ ਹੋਏਗੀ ਮੁੰਜ ਵੀ ਤਾਂ ਇਸ ਧਰਤੀ ਨਾਲ ਜੁੜਿਆ ਮੋਹ ਪਾਇਆ ਈ ਉਹਦਾ ਕਲਿਆਣ ਹੋਣਾ ਸੀ ਇਸ ਧਰਤੀ ਨਾਲ ਹੀ ਉਹਦੇ ਪਰਿਵਾਰ ਦੀ ਕਿਸਮਤ ਜੁੜੀ ਹੋਈ ਸੀ ਧੰਨਵਾਦ ਚਲ